ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਨਕੌਦਰ ਦੇ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਤਾਂ ਦੋਸਤੋ ਜਲੰਧਰ ਦੇ ਹਲਕਾ ਨਕੌਦਰ ਦੇ ਵਿੱਚ 30 ਲੱਖ ਦੀ ਫਰੋਤੀ ਨਾ ਦੇਣ ਤੇ ਕੱਲ ਰਾਤ ਇੱਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਕਤਲकांड ਦੇ ਵਿੱਚ ਕੱਪੜਾ ਕਾਰੋਬਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰੀ ਗਈ ਸੀ ਹਾਲਾਂਕਿ ਗੋਲੀ ਲੱਗਣ ਦੇ ਕਾਰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਕੌਦਰ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੱਪੜਾ ਕਾਰੋਬਾਰੀ ਭਪਿੰਦਰ ਸਿੰਘ ਉਰਫ ਟਿੰਪੀ ਨੇ 30 ਲੱਖ ਰੁਪਏ ਫਰੋਤੀ ਮੰਗਣ ਦੀ ਸ਼ਿਕਾਇਤ ਪੜਸਕੋਲ ਦਰਜ ਕਰਵਾਈ ਸੀ ਪੰਜਾਬ ਦੇ ਵਿੱਚ ਫਰੋਤੀ ਦੇ ਨਾਮ ਤੇ ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਗਲੀ ਖਬਰ ਹੈ ਸ੍ਰੀ ਅਕਾਲ ਤਖਤ ਦੇ ਹੁਕਮਾਂ ਦਾ ਪਟਨਾ ਸਾਹਿਬ ਦੇ ਵਿੱਚ ਵਿਰੋਧ ਜਥੇਦਾਰ ਦਾ ਹੁਕਮ ਮੰਨਣ ਤੋਂ ਇਨਕਾਰ ਤਾਂ ਦੋਸਤੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਬੋਰਡ ਦੇ ਕਰਮਚਾਰੀਆਂ ਦੇ ਨਸਿਆਂ ਦੇ ਸੰਬੰਧੀ ਟੈਸਟ ਕਰਵਾਉਣ ਦੇ ਕੀਤੇ ਗਏ ਫੈਸਲੇ ਦਾ ਪਟਨਾ ਸਾਹਿਬ ਵਿਖੇ ਸਖਤ ਵਿਰੋਧ ਹੋਇਆ ਹੈ ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਦੇ ਦੋ ਮੈਂਬਰ ਜਿਨ੍ਹਾਂ ਨੂੰ ਤਨਖਾਹ ਲਈ ਗਈ ਸੀ ਸ੍ਰੀ ਅਕਾਲ ਤਖਤ ਜਥੇਦਾਰ ਦੇ ਇਸ ਫੈਸਲੇ ਦੇ ਨਾਲ ਵੀ ਅਸਹਿਮਤੀ ਪ੍ਰਗਟਾਈ ਗਈ ਹੈ। ਅਗਲੀ ਖਬਰ ਹੈ ਗਨ ਕਲਚਰ ਤੇ ਨਕੇਲ ਕੱਸਦੇ ਹਾਂ ਪੰਜਾਬ ਪੁਲਿਸ ਨੇ ਸੂਬੇ ਦੇ ਵਿੱਚ 5 5000 ਹਥਿਆਰਾਂ ਦੇ ਲਾਇਸੈਂਸ ਕੀਤੇ ਰੱਦ। ਤਾਂ ਦੋਸਤੋ ਗਨ ਕਲਚਰ ਤੇ ਨਕੇਲ ਪਾਉਂਦੇ ਹੋਏ ਪੰਜਾਬ ਪੁਲਿਸ ਨੇ ਸੂਬੇ ਦੇ ਵਿੱਚ ਹੁਣ ਤੱਕ 5000 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਰੱਦ ਕੀਤੇ ਲਾਇਸੈਂਸ ਨੀਮਾਂ ਦੀਆਂ ਧੱਜੀਆਂ ਉਡਾ ਕੇ ਬਣਾਏ ਗਏ ਸੀ ਇਸ ਦੇ ਵਿੱਚ ਕੁਝ ਲੋਕਾਂ ਨੇ ਫਰਜ਼ੀ ਰਹਿੈਸਤਾ ਪਤਾ ਦਿੱਤਾ ਸੀ ਜਦ ਕਿ ਕੁਝ ਨੇ ਆਪਣੇ ਖਿਲਾਫ ਦਰਜ ਅਪਰਾਧਿਕ ਮਾਮਲੇ ਵੀ ਸੁਪਾਲੇ ਸਨ ਅਸਲਾ ਲਾਇਸੈਂਸ ਦੀ ਵੈਰੀਫਿਕੇਸ਼ਨ ਦਾ ਕੰਮ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਇਸ ਤੋਂ ਬਾਅਦ ਵੀ ਸੂਚਨਾ ਸੁਪਾਉਂਦਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਗਲੀ ਖਬਰ ਹੈ RBI ਨੇ ਰੈਪੋ ਰੇਟ 0.35% ਵਧਾ ਕੇ 6.25% ਕੀਤਾ ਆਮ ਲੋਕਾਂ ਨੂੰ ਝਟਕਾ ਵੱਧ ਜਾਵੇਗੀ EMI ਤਾ ਦੋਸਤੋ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਦਾ ਐਲਾਨ ਕੀਤਾ ਹੈ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੈਪੋ ਰੇਟ ਦਰ ਦੇ ਵਿੱਚ 0.35 ਫੀਸਡ ਦਾ ਵਾਧਾ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਰੈਪੋ ਰੇਟ ਵੱਧ ਕੇ 6.25 ਫੀਸਡ ਹੋ ਗਿਆ ਹੈ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਐਮਪੀਸੀ 6 ਤੋਂ 5 ਮੈਂਬਰਾਂ ਦੇ ਬੋਮਤ ਦੇ ਨਾਲ ਰੈਪੋ ਦਰ ਵਧਾਉਣ ਦਾ ਸਮਰਥਨ ਕੀਤਾ ਇਸ ਤੋਂ ਬਾਅਦ ਆਰਬੀਆਈ ਨੇ ਰੈਪੋ ਦਰ ਦੇ ਵਿੱਚ 0.35 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਕੀਤਾਗਾ ਆਰਵੀਆਈ ਨੇ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾਗਾ ਆਗਲੀ ਖਬਰ ਹੈ ਮੁਫਤ ਬਿਜਲੀ ਦੀ ਸਹੂਲਤ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਵਿਭਾਗੇ ਦਾ ਹਲਾਇਆ ਸਿਸਟਮ ਹੁਣ ਹੋਵੇਗਾ ਵੱਡਾ ਐਕਸ਼ਨ ਤਾਂ ਦੋਸਤੋ ਪੰਜਾਬ ਦੇ ਵਿੱਚ ਮੁਫਤ ਬਿਜਲੀ ਦੀ ਸਹੂਲਤ ਲੈਣ ਦੇ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਵਿਭਾਗ ਨੂੰ ਹਲਾਕੇ ਰੱਖ ਦਿੱਤਾ ਹੈ ਲੋਕਾਂ ਨੇ ਜੁਨਟਾ ਘਟਾਉਣ ਦੇ ਲਈ ਘਰਾਂ ਦੇ ਵਿੱਚ 2-2 ਮੀਟਰ ਲਵਾ ਲਏ ਨੇ ਪਹਿਲਾਂ ਤਾਂ ਬਿਜਲੀ ਵਿਭਾਗ ਧੜਾ ਧੜਾ ਮੀਟਰ ਲਾਉਂਦਾ ਗਿਆ ਪਰ ਹੁਣ ਸਖਤੀ ਦੇ ਰੋਹ ਦੇ ਵਿੱਚ ਹੈ ਇਸ ਵੇਲੇ ਬਿਜਲੀ ਵਿਭਾਗ ਦੇ ਕੋਲ ਵੱਡੀ ਪੱਧਰ ਤੇ ਅਰਜ਼ੀਆਂ ਪਈਆਂ ਨੇ ਤੇ ਜਲਦੀ ਹੀ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇਗਾ ਅਗਲੀ ਖਬਰ ਹੈ ਗੈਂਗਸਟਰ ਲੌਰੈਂਸ ਬਸਨੋਈ ਨੂੰ ਟ੍ਰਾਂਜਿਟਰ ਰਿਮਾਂਡ ਤੇ ਦਿੱਲੀ ਤੋਂ ਮੁਕਸਰ ਲੈ ਕੇ ਪਹੁੰਚੀ ਪੁਲਿਸ ਅਦਾਲਤ ਦੇ ਵਿੱਚ ਕੀਤਾ ਜਾਵੇਗਾ ਪੇਸ ਤਾਂ ਦੋਸਤੋ ਮੁਕਸਰ ਸਾਹਿਬ ਪੁਲਿਸ ਨੇ ਦੇਰ ਰਾਤ ਗੈਂਗਸਟਰ ਲੌਰੈਂਸ ਬਸਨੋਈ ਨੂੰ ਟ੍ਰਾਂਜਿਟਰ ਰਿਮਾਂਡ ਤੇ ਦਿੱਲੀ ਤੋਂ ਮੁਕਸਰ ਲਿਆਂਦਾ ਜਿਸ ਨੂੰ ਮੁਕਸਰ ਸਾਹਿਬ ਦੇ ਸੀਆਈਏ ਸਟਾਫ ਵਿੱਚ ਰੱਖਿਆ ਗਿਆ ਲੌਰੈਂਸ ਬਸਨੋਈ ਨੇ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਸੀ ਲੱਖਾਂ ਦੀ ਮੰਗ ਨੂੰ ਲੈ ਕੇ ਗੈਂਗਸਟਰ 골ਡੀ ਲਾਰੈਂਸ ਮਸਨੋਈ ਦੇ ਖਿਲਾਫ ਥਾਣਾ ਸਿਟੀ ਮੁਕਸਰ ਸਾਹਿਬ ਵਿਖੇ ਧਾਰਾ 387 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਲਾਰੈਂਸ ਮਸਨੋਈ ਨੂੰ ਅਦਾਲਤ ਦੇ ਵਿੱਚ ਇਸ ਮਾਮਲੇ ਕਰਕੇ ਪੇਸ਼ ਕੀਤਾ ਜਾਵੇਗਾ ਹਾ ਅਗਲੀ ਖਬਰ ਹੈ ਪੰਜਾਬ ਦੇ ਟੈਕਸੀ ਆਪਰੇਟਰਾਂ ਨੂੰ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਬਰਾਬਰ ਟੈਕਸ ਮਾਫੀ ਦੇਣ ਤੇ ਵਿਚਾਰ ਹੋਵੇਗਾ ਲਾਲਜੀਤ ਭੁੱਲਰ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਟੈਕਸੀ ਆਪਰੇਟਰਾਂ ਨੂੰ ਵੱਡੀ ਰਾਹਤ ਦੇਣ ਤੇ ਵਿਚਾਰ ਕੀਤੀ ਹੈ ਜਿਸ ਦੇ ਤਹਿਤ ਟੈਕਸੀ ਆਪਰੇਟਰਾਂ ਨੂੰ ਵੀ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਵਾਂਗ ਕਰੋਨਾ ਕਾਲ ਦੇ ਦੌਰਾਨ ਦਿੱਤੀ ਗਈ ਟੈਕਸ ਮਾਫੀ ਦੇ ਬਰਾਬਰ ਟੈਕਸ ਮਾਫੀ ਦਿੱਤੇ ਜਾਣ ਦਾ ਮਾਮਲਾ ਵਿਚਾਰਿਆ ਜਾਵੇਗਾ ਅਗਲੀ ਖਬਰ ਹੈ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ 634 ਕਿਸਾਨਾਂ ਦੇ ਵਾਰਸਾਂ ਨੂੰ 31 ਕਰੋੜ 70 ਲੱਖ ਰੁਪਏ ਕੀਤੇ ਜਾਰੀ ਤਾਂ ਦੋਸਤੋ ਤੁਹਾਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ 634 ਕਿਸਾਨਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 31 ਕਰੋੜ 70 ਲੱਖ ਰੁਪਏ ਜਾਰੀ ਕਰ ਦਿੱਤੇ ਨੇ ਇਸੇ ਤਰ੍ਹਾਂ ਕਿਸਾਨਾਂ ਦੇ 326 ਵਾਰਸਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ 98 ਲੋਕਾਂ ਨੂੰ ਨੌਕਰੀ ਦੇ ਲਈ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਹੈ ਜਦਕਿ 210 ਹੋਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਲਈ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਅਗਲੀ ਖਬਰ ਹੈ ਕੈਨੇਡੀਅਨ ਲੋਕਾਂ ਦੇ ਵਿੱਚ ਮਹਿੰਗਾਈ ਦੇ ਕਾਰਨ ਹਾਹਾਕਾਰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਕੀਤਾ ਵਾਅਦਾ। ਤਾ ਦੋਸਤੋ ਬੈਂਕ ਆਫ ਕੈਨੇਡਾ ਦੇ ਵੱਲੋਂ ਅੱਜ ਆਪਣੀ ਮੁੱਖ ਵਿਆਜ ਦਰਾਂ ਦੇ ਵਿੱਚ 0.50% ਯਾਨੀ ਕਿ ਅੱਧਾ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ। ਇਹ ਇਸ ਸਾਲ ਲਗਾਤਾਰ 7ਵੀਂ ਵਾਰ ਵਾਧਾ ਕੀਤਾ ਗਿਆ। ਬੈਂਕ ਆਫ ਕੈਨੇਡਾ ਆਪਣੇ ਇਸ ਵਾਧੇ ਦੀ ਦਰ ਦੇ ਫੈਸਲੇ ਨੂੰ ਰਿਲੀਜ਼ ਕਰਕੇ ਪ੍ਰਕਾਸ਼ਿਤ ਕੀਤਾ ਹੈ। ਗਵਰਨਿੰਗ ਕੌਂਸਲ ਦੇ ਇਸ ਫੈਸਲੇ ਦੇ ਪਿੱਛੇ ਕਈ ਕਾਰਨਾਂ ਨੂੰ ਸਮਝ ਪ੍ਰਦਾਨ ਕੀਤਾ ਗਿਆ ਹੈ। ਬੈਂਕ ਆਫ ਕੈਨੇਡਾ ਆਪਣੀ ਮੁੱਖ ਦਰ ਨੂੰ ਅੱਧਾ ਅੱਧਾ ਪ੍ਰਤੀਸ਼ਤ ਪੁਆਇੰਟ ਵਧਾਇਆ ਹੈ। ਬੈਂਕ ਆਫ ਕੈਨੇਡਾ ਨੇ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇ ਕਾਰਨ ਮਾਰਚ ਵਿੱਚ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ ਹੈ ਜੁਲਾਈ ਦੇ ਵਿੱਚ 8.1 ਫੀਸਦ ਪਹੁੰਚਣ ਤੋਂ ਬਾਅਦ ਅਕਤੂਬਰ ਦੇ ਵਿੱਚ ਸਾਲਾਨਾ ਮਹਿੰਗਾਈ ਦਰ ਘਟ ਕੇ 6.9 ਫੀਸਦ ਤੇ ਆ ਗਈ ਸੀ ਅਗਲੀ ਖਬਰ ਹੈ ਕਿਸਾਨ ਕਰ ਸਕਦੇ ਨੇ ਹੁਣ ਸਿੱਧੀ ਸ਼ਿਕਾਇਤ ਸਰਕਾਰ ਨੇ ਬਣਾਇਆ ਕਿਸਾਨ ਗ੍ਰੀਵੈਂਸ ਰੀਡੈਂਸਲ ਪੋਰਟਲ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤੁਸੀਂ ਆਪਣੀ ਕਿਸੇ ਵੀ ਸਮੱਸਿਆ ਨੂੰ ਸਿੱਧਾ ਸਰ ਕੇਂਦਰ ਸਰਕਾਰ ਨੂੰ ਦੱਸ ਸਕਦੇ ਹੋ ਪਾਵੇਂ ਇਹ ਬੀਜ ਖਾਦ ਜਾਂ ਫਿਰ ਫਸਲ ਦੀ ਬੀਮਾ ਜਾਂ ਫਿਰ ਕੋਈ ਵੀ ਸ਼ਿਕਾਇਤ ਹੋਵੇ ਕਿਸਾਨ ਸਿੱਧੀ ਸ਼ਿਕਾਇਤ ਨਿਵਾਰਨ ਪੋਰਟਲ ਤੇ ਜਾ ਕੇ ਕਰ ਸਕਦੇ ਨੇ ਮਨੀ ਕੰਟਰੋਲ ਦੀ ਰਿਪੋਰਟ ਅਨਸਾਰ ਫਸਲ ਬੀਮਾ ਯੋਜਨਾ ਦਾ ਨਾਮ ਲਾਭ ਨਾ ਮਿਲਣ ਤੇ ਵੀ ਕਾਰਵਾਈ ਕੀਤੀ ਜਾਵੇਗੀ ਬੀਜ ਅਤੇ ਖਾਦ ਨਾ ਮਿਲਣ ਤੇ ਵੀ ਸ਼ਿਕਾਇਤ ਕੀਤੀ ਜਾਵੇਗੀ ਇਸ ਦਾ ਟ੍ਰਾਇਲ 37 ਗੜ ਦੇ ਵਿੱਚ ਸ਼ੁਰੂ ਵੀ ਹੋ ਗਿਆ ਹੈ ਅਗਲੀ ਖਬਰ ਹੈ ਬ੍ਰੈਂਟਨ ਦੇ ਮੇਅਰ ਅਤੇ ਕੌਂਸਲ ਮੈਂਬਰ ਅਗਲੇ ਸਾਲ ਕਰਨਗੇ ਭਾਰਤ ਦਾ ਦੌਰਾ ਤਾਂ ਦੋਸਤੋ ਤੁਹਾਨੂੰ ਦੱਸਿਆ ਕਿ ਕੈਨੇਡਾ ਬ੍ਰੈਮਟਨ ਦੀ ਸਿਟੀ ਕਾਉਂਸਲ ਤੋਂ ਜੇਕਰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬਾਉਨ ਅਤੇ ਕਾਉਂਸਲ ਮੈਂਬਰ ਅਗਲੇ ਮਹੀਨੇ ਭਾਰਤ ਦੀ ਯਾਤਰਾ ਤੇ ਆ ਸਕਦੇ ਨੇ ਜਿਸ ਵਿੱਚ ਉਹ ਦਿੱਲੀ, ਅਹਮਦਾਬਾਦ, ਪੰਜਾਬ, ਚੰਡੀਗੜ੍ਹ ਤੇ ਜੈਪੁਰ ਵਰਗੇ ਸਟੇਟਾਂ ਦੀ ਦੌਰਾ ਕਰਨਗੇ ਅਗਲੀ ਖਬਰ ਹੈ ਗਰੀਬਾਂ ਨੂੰ ਦਿੱਤੇ ਜਾਣ ਵਾਲੇ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖਬਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਤਾਂ ਦੋਸਤੋ ਪੰਜਾਬ ਦੇ ਖੇਤੀਬਾੜੀ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਸਰਕਾਰਾਂ ਵੱਲੋਂ ਗਰੀਬਾਂ ਨੂੰ ਅਲਾਟ ਕੀਤੇ ਗਏ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਸਾਰੀ ਜਾਣਕਾਰੀ ਤਲਬ ਕਰ ਲਈ ਹੈ ਜਿਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸੂਬੇ ਦੇ ਸਮੂਹ ਵਿਧਿਕ ਜ਼ਿਲ੍ਹਾ ਮੈਜਿਸਟਰੇਟਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਬਲਾਕ ਪੰਚਾਇਤ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ ਕੈਬਨਟ ਮੰਤਰੀ ਢਾਲੀਵਾਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਬੇਘਰੇ ਅਤੇ ਬੇਜਮੀਨੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਲੋਟ ਕਰਨ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਗੂਗਲ ਸੀਟ ਤੇ ਭਰਨ ਦੇ ਲਈ ਵੀ ਹੁਕਮ ਦੇ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਸਾਬਕਾ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕਰਕੇ ਵੋਟਾਂ ਲੈ ਰਹੇ ਸਨ ਪਰ ਇਹਨਾਂ ਲੋਕਾਂ ਦੀ ਹਕੀਕਤ 'ਚ ਪਲਾਟਾਂ ਦੀ ਅਲੋਟਮੈਂਟ ਨਹੀਂ ਕੀਤੀ ਗਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀ ਯੋਗਤਾ ਵੀ ਨਹੀਂ ਸੀ ਉਹਨਾਂ ਨੇ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਅਸਲ ਦੇ ਵਿੱਚ ਪਲਾਟ ਲੋੜਵੰਦਾਂ ਨੂੰ ਅਲੋਟ ਕੀਤੇ ਗਏ ਸਨ ਜਾਂ ਫਿਰ ਨਹੀਂ। ਉਹਨਾਂ ਨੇ ਕੀ ਬੇਕਰੇ ਪਰਿਵਾਰਾਂ ਨੂੰ ਹੁਣ ਤੱਕ ਅਲਾਟ ਕੀਤੇ ਗਏ 5-5 ਮਰਲੇ ਦੇ ਪਲਾਟਾਂ ਦੀ ਸਾਰੀ ਜਾਣਕਾਰੀ 20 ਦਸੰਬਰ 2022 ਤੱਕ ਮੁਕੰਮਲ ਕਰ ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਜੋ ਅਧਿਕਾਰੀਆਂ ਨੇ ਇਹਨਾਂ ਹਦਾਇਤਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਖਿਲਾਫ ਸਰਕਾਰ ਵੱਲੋਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅਗਲੀ ਖਬਰ ਹੈ ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਮਾਰ ਕੇ ਵਾਅਦਾ ਕੀਤਾ ਪੂਰਾ ਰਾਹੁਲ ਗਾਂਧੀ ਤਾਂ ਦੋਸਤੋ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਚੋਣ ਵਾਦੇ ਨੂੰ ਪੂਰਾ ਕਰਦੇ ਹੋਏ ਰਾਜਸਥਾਨ ਦੇ ਵਿੱਚ 22 ਲੱਖ ਕਿਸਾਨਾਂ ਦੇ ਕਰਜ਼ਿਆਂ ਦੇ ਤੇ ਲਿਮਟਾਂ ਦੇ ਉੱਤੇ ਲੀਕ ਮਾਰ ਦਿੱਤੀ ਹੈ। ਅਗਲੀ ਖਬਰ ਹੈ ਕਾਰ ਕੰਪਨੀਆਂ ਦੇ ਵੱਲੋਂ ਜਨਵਰੀ ਤੋਂ ਕੀਮਤਾਂ ਵਧਾਉਣ ਦਾ ਐਲਾਨ। ਤਾਂ ਦੋਸਤੋ ਤੁਹਾਨੂੰ ਦੱਸਿਆ ਕਿ ਕਾਰ ਕੰਪਨੀਆਂ ਦੇ ਵਿੱਚ ਮਰਸਡੀਜ਼ ਬੈਂਜ਼, ਆਡੀ, ਰੈਨੋਲਟ ਕੀਆ ਇੰਡੀਆ ਤੇ ਐਮ ਜੀ ਐਮ ਮੋਟਰ ਲਗਾਤਾਰ ਵਾਧੇ ਦੇ ਚੱਲਦੇ ਕਾਰਨ ਅਗਲੇ ਮਹੀਨੇ ਯਾਨੀ ਕਿ ਜਨਵਰੀ ਤੋਂ ਆਪਣੇ ਮਾਡਲਾਂ ਦੇ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਅਗਲੀ ਖਬਰ ਹੈ ਮੁਫਤ ਬਿਜਲੀ ਦੇ ਕਰਕੇ ਇੱਕ ਘਰੇ 2 ਮੀਟਰ ਲਾਉਣ ਤੇ ਲਾਈ ਰੋਕ। ਤਾਂ ਦੋਸਤੋ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਵਿੱਚ 600 ਜੁੰਟ ਤੱਕ ਬਿਜਲੀ ਮੁਫਤ ਕਰਨ ਦੇ ਫੈਸਲੇ ਤੋਂ 4 ਮਹੀਨੇ ਬਾਅਦ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫਿਊਜ ਅੜਾ ਦਿੱਤੇ ਨੇ ਤੁਹਾਨੂੰ ਦੱਸਿਏ ਕਿ ਹੁਣ ਇੱਕ ਘਰੇ ਜਾਂ ਫਿਰ ਇੱਕ ਇਮਾਰਤ ਦੇ ਉੱਤੇ 2 ਮੀਟਰ ਲੱਗੇ ਹੋਣ ਤੇ ਵੈਰੀਫਿਕੇਸ਼ਨ ਹੋਵੇਗੀ ਜਿਸ ਦੀ ਜਾਂਚ ਪੜਤਾਲ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਤੇ ਇਸ ਦੇ ਤਹਿਤ ਵੱਡੀ ਕਾਰਵਾਈ ਵੀ ਰੰਭੀ ਜਾਵੇਗੀ ਜੇਕਰ ਕੋਈ ਨਜਾਇਜ਼ ਮੀਟਰ ਪਾਇਆ ਜਾਂਦਾ ਹੈ ਅਗਲੀ ਖਬਰ ਹੈ ਬੱਬੂ ਮਾਨ ਅਤੇ ਮਨਕਿਰਤ ਔਲਖ ਤੋਂ ਮਾਨਸਾ ਪੁਲਿਸ ਨੇ ਕੀਤੀ ਪੁੱਛਗਿੱਛ ਤਾਂ ਦੋਸਤੋ ਮਾਨਸਾ ਪੁਲਿਸ ਨੇ ਬੀਤੇ ਦਿਨੀ ਇੱਕ ਬੱਬੂ ਮਾਨ ਮਨਕਿਰਤ ਔਲਖ ਅਤੇ ਨੀਸ਼ਾਨ ਸਿੰਘ ਨੂੰ ਸੰਮਨ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਪੁੱਛਗਿੱਛ ਦੇ ਲਈ ਇਹ ਗਾਇਕ ਹਾਜ਼ਰ ਹੋਏ ਦੋਵੇਂ ਗਾਇਕ ਆਪਣੀ ਸੁਰੱਖਿਆ ਕਰਮਚਾਰੀਆਂ ਤੇ ਵਕੀਲਾਂ ਦੇ ਨਾਲ ਮਾਨਸਾ ਪੁਲਿਸ ਦੇ ਕੋਲ ਜਾ ਪਹੁੰਚੇ ਅਗਲੀ ਖਬਰ ਹੈ ਦੁਰਘਟਨਾਵਾਂ ਨੂੰ ਪਵੇਗੀ ਠੱਲ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ ਤਾਂ ਦੋਸਤੋ ਅਮਰੀਕਾ ਕੈਨੇਡਾ ਦੇ ਵਾਂਗ ਹੁਣ ਪੰਜਾਬ ਦੇ ਵਿੱਚ ਵੀ ਗੱਡੀ ਚਲਾਉਣ ਵਾਲੇ ਦੀ ਪਹਿਲਾਂ ਚੈਕਿੰਗ ਹੋਵੇਗੀ ਪੰਜਾਬ ਸਰਕਾਰ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੇ ਕਰਨ ਦੇ ਹੁਕਮ ਦੇ ਦਿੱਤੇ ਨੇ ਜਿਸ ਤਹਿਤ ਗ੍ਰਹਿ ਵਿਭਾਗਾ ਵੱਲੋਂ ਡੀਜੀਪੀ ਪੰਜਾਬ ਗੌਰਵ ਜਾਦਵ ਨੂੰ ਦਿਸ਼ਾ ਨਿਰਦੇਸ਼ ਕਰ ਦਿੱਤੇ ਨੇ ਅਗਲੀ ਖਬਰ ਹੈ ਧੋਖਾਧੜੀ ਦੇ ਮਾਮਲੇ ਵਿੱਚ ਜੋਗ ਗੁਰੂ ਬਾਬਾ RAMDEV ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਖਿਲਾਫ ਸੰਮਣ ਜਾਰੀ ਤਾਂ ਦੋਸਤੋ ਅਦਾਲਤ ਦੀ ਫਰਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਮੋਹਿਨੀ ਕੁਮਾਰੀ ਨੇ ਸ਼ਿਕਾਇਤ ਕਰਤਾ ਮਹਿੰਦਰ ਸ਼ਰਮਾ ਵਾਸੀ ਨਿੰਗਾ ਬਰੋਨੀ ਥਾਣੇ ਦੇ ਸ਼ਿਕਾਇਤ ਪੱਤਰ ਤੇ ਸੁਣਵਾਈ ਕਰਦੇ ਹੋਏ ਜੋਗ ਗੁਰੂ ਬਾਬਾ RAMDEV ਅਤੇ ਬਾਲਕ੍ਰਿਸ਼ਨ ਦੇ ਖਿਲਾਫ ਧੋਖਾਧੜੀ ਦਾ ਮਾਮਲੇ ਦੇ ਵਿੱਚ ਧਾਰਾ 420 417 ਦੇ ਤਹਿਤ ਸੰਮਣ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਬਹੁਤ ਬਹੁਤ ਧੰਨਵਾਦ